ਤੇ ਸਤ ਸੰਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਛੇ ਉਦਾਸੀਆਂ ਕੀਤੀਆਂ ਆਪਣੇ ਜੀਵਨ ਦੇ ਵਿੱਚ ਪ੍ਰਚਾਰ ਦੇ ਉਹਨਾਂ ਦੇ ਪ੍ਰਚਾਰ ਨੂੰ ਉਹਨਾਂ ਦੇ ਪ੍ਰਚਾਰ ਦੇ ਸਫ਼ਰ ਨੂੰ ਵਿਦਵਾਨ ਇਤਿਹਾਸਕਾਰਾਂ ਨੇ ਛੇ ਭਾਗਾਂ ਵਿੱਚ ਵੰਡਿਆ। ਉਹਨਾਂ ਛੇ ਭਾਗਾਂ ਨੂੰ ਛੇ ਉਦਾਸੀਆਂ ਆਖਿਆ ਗਿਆ। ਇਹਨਾਂ ਛੇ ਉਦਾਸੀਆਂ ਦੇ ਦੌਰਾਨ ਮਹਾਰਾਜ ਜਿਹੜੀ ਜਿਹੜੀ ਜਗ੍ਹਾ ਗਏ ਉੱਥੇ ਪਹਿਲਾਂ ਕਈ ਜਗ੍ਹਾ ਉਜਾੜ ਬੀਆ ਬਿਆਨ ਸੀ, ਬਾਅਦ ਵਿੱਚ ਸ਼ਹਿਰ ਵਸੇ। ਮੈਂ ਜਦੋਂ ਮਹਾਰਾਜ ਦੀਆਂ ਉਦਾਸੀਆਂ ਦਾ ਜ਼ਿਕਰ ਕਰਦਾ ਸੀ ਯੂਟਿਊਬ ਦੇ ਉੱਤੇ, ਗੁਰੂ ਰਵਿਦਾਸ ਮਹਾਰਾਜ ਦੇ ਅਕਾਲ ਚਲਾਣੇ ਦਾ ਜੋਤੀ ਜੋ ਸਮਾਉਣ ਦਾ ਇਤਿਹਾਸ ਹੈ, ਉਹਦੇ ਵਿੱਚ ਜਦੋਂ ਮੈਂ ਉਦਾਸੀਆਂ ਜ਼ਿਕਰ ਕੀਤਾ ਤੇ ਕਿਸੇ ਸੱਜਣ ਨੇ ਥੱਲੇ ਕਮੈਂਟ ਦਿੱਤਾ ਤੇ ਉਹਨਾਂ ਉਦਾਸੀਆਂ ਦੇ ਦੌਰਾਨ, ਤੇ ਉਹਦਾ ਮੈਂ ਜਵਾਬ ਮੈਂ ਅਗਲੇ ਲਫ਼ਜ਼ਾਂ ਵਿੱਚ ਦੇਵਾਂਗਾ। ਤੇ ਸਤ ਸੰਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਜਿਹੜਾ ਸ੍ਰੀ ਗੋਬਿੰਦਪੁਰ ਕਾਂਸ਼ੀ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਹੈ। ਇੱਥੋਂ ਮਹਾਰਾਜ ਨੇ ਆਪਣੇ ਪ੍ਰਚਾਰ ਦਾ ਸਫ਼ਰ ਸ਼ੁਰੂ ਕੀਤਾ ਹੈ। ਮਹਾਰਾਜ ਦੇ 94 ਅਸਥਾਨਾਂ ਦਾ ਮੈਂ ਜ਼ਿਕਰ ਕਰਾਂਗਾ। ਅਸਥਾਨ ਤੇ ਬੜੇ ਹਨ ਜਿੱਥੇ ਮਹਾਰਾਜ ਨੇ ਚਰਨ ਧਰਿਓ, ਪੂਜਣ ਯੋਗ ਅਸਥਾਨ ਬਣ ਗਿਆ। 94 ਅਸਥਾਨ ਹਨ। ਉੱਤਰ ਪ੍ਰਦੇਸ਼ ਕੇਦਾਰਨਾਥ ਉੱਤਰਾਂਚਲ ਦੇ ਵਿੱਚ ਹੈ, ਬਦਰੀਨਾਥ ਦੁਆਰਕਾਪੁਰੀ, ਜਗਨਨਾਥਪੁਰੀ, ਅਣਬੰਡੇ ਪੰਜਾਬ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਸੱਚਾ ਸੌਦਾ ਕੀਤਾ ਤੇ ਜਿੱਥੇ ਗੁਰੂ ਰਵਿਦਾਸ ਵਰ ਦੇ ਸਮਕਾਲੀ ਮਹਾਂਪੁਰਸ਼ ਦਾ ਮਿਲਾਪ ਹੋਇਆ। ਤੇ ਸਤ ਸੰਗਤ ਰਾਏ ਭੋਜ ਦੀ ਤਲਵੰਡੀ ਤੋਂ ਥੋੜ੍ਹੀ ਦੂਰ ਦੇ ਉੱਤੇ ਚੂੜਕਣਾ ਨਗਰ ਹੈ ਤੇ ਜਿੱਥੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਹੈ, ਤੇ ਚੂੜਕਣਾ ਸੰਤ ਘਾਟ ਸੁਲਤਾਨਪੁਰ ਲੋਧੀ ਵਿਖੇ ਗੁਰੂ ਰਵਿਦਾਸ ਵਰ ਦਾ ਫੇਰ ਮਿਲਾਪ ਹੋਇਆ। ਤੇ ਗੁਰੂ ਰਵਿਦਾਸ ਮਹਾਰਾਜ ਆਪਣੇ ਸਫ਼ਰ ਦੇ ਦੌਰਾਨ ਲੁਧਿਆਣਾ ਜੋਧੇ ਵਾਲੀ ਦੇ ਵਿੱਚ ਜਿੱਥੇ ਮਹਾਰਾਜ ਦਾ ਸਥਾਨ ਹੈ, ਤੇ ਸਤ ਸੰਗਤ ਫਗਵਾੜੇ ਲਾਗੇ ਮਹਾਰਾਜ ਚੱਕ ਹਕੀਮਾ ਪਹੁੰਚੇ ਨੇ। ਰਾਜੇ ਬੈਨ ਰਾਏ ਦਾ ਹੰਕਾਰ ਤੋੜਨ ਦੇ ਲਈ ਮਹਾਰਾਜ ਖੁਰਾਲਗੜ੍ਹ ਪਹੁੰਚੇ। ਇਸ ਤੋਂ ਇਲਾਵਾ ਹਰਿਦੁਆਰ, ਮਥੁਰਾ, ਬਿੰਦਰਾਵਨ, ਜੈਸਲਮੇਰ, ਤੁਗਲਕਾਬਾਦ, ਦਿੱਲੀ, ਜਿੱਥੇ ਸਤ ਸੰਗਤ ਸਿਕੰਦਰ ਲੋਧੀ ਦਾ ਮਾਣ ਤੋੜਿਆ, ਹੰਕਾਰ ਤੋੜਿਆ, ਉਹ ਸੇਵਕ ਬਣਿਆ ਤੇ ਉਹਨੇ ਮਹਾਰਾਜ ਦੇ ਨਾਲ ਨਾਮ ਦੇ ਉੱਤੇ ਜ਼ਮੀਨ ਲਗਾਈ ਹੈ, ਉੱਥੇ ਮਹਾਰਾਜ ਦਾ ਸਥਾਨ ਬਣਿਆ। ਤੁਗਲਕਾਬਾਦ ਦਿੱਲੀ, ਕੁਰੂਕਸ਼ੇਤਰ ਹਰਿਆਣਾ, ਕਾਫਰਸਤਾਨ, ਤ੍ਰਿਵੇਣੀ ਇਲਾਹਾਬਾਦ, ਗੁਜਰਾਤ, ਜਿੱਥੇ ਮਹਾਰਾਜ ਦੇ ਅਸਥਾਨ ਦਾ ਨਾਮ ਗੁਰੂ ਕਾ ਕੁੰਡ ਹੈ, ਤੇ ਸਤ ਸੰਗਤ ਗੋਦਾਵਰੀ, ਪ੍ਰਯਾਗਰਾਜ, ਭੰਗਾਟ, ਰਾਣੀਪੁਰ, ਮਾਲਵੀ, ਮਾਧੋਪੁਰ, ਭਾਗਲਪੁਰ ਬਿਹਾਰ, ਨਰਾਇਣਗੜ੍ਹ, ਕਾਲਬੀ, ਨਾਗਪੁਰ, ਬੁਰਹਾਨਪੁਰ, ਬੀਜਾਪੁਰ, ਰੁਪਾਲ, ਝਾਂਸੀ, ਚੰਦੇਹੀ, ਤੇ ਸਤ ਸੰਗਤ ਰਾਜਸਥਾਨ ਦੇ ਵਿੱਚ ਕੋਟਾ ਬੂੰਦੀ, ਟੋਡ ਸ਼ਹਿਰ, ਉਦੈਪੁਰ, ਅਜਮੇਰ, ਜੋਧਪੁਰ, ਮਹਾਰਾਸ਼ਟਰ ਦੇ ਵਿੱਚ ਬੰਬੇ ਵਿੱਚ ਵੀ ਮਹਾਰਾਜ ਗਏ ਨੇ, ਅਮਰਕੋਟ, ਹੈਦਰਾਬਾਦ, ਕਾਠੀਆਵਾੜ, ਕਰਾਚੀ, ਬਹਾਵਲਪੁਰ, ਕਾਲਾ ਬਾਗ, ਕੋਹਾਟ, ਦਰਾ ਖੈਬਰ ਜਿਹੜੀ ਕਾਬਲ ਤੇ ਪੰਜਾਬ ਦੀ ਹੱਦ ਹੁੰਦੀ ਸੀ ਤੇ ਦਰਾ ਖੈਬਰ ਮਹਾਰਾਜ ਪਹੁੰਚੇ ਨੇ, ਜਲਾਲਾਬਾਦ, ਸ਼੍ਰੀ ਨਗਰ। ਹੁਣ ਡਲਹੌਜੀ ਦਾ ਜਦੋਂ ਮੈਂ ਜ਼ਿਕਰ ਕੀਤਾ ਤੇ ਉੱਥੇ ਕਿਸੇ ਸੱਜਣ ਨੇ ਕਮੈਂਟ ਕੀਤਾ, ਕਹਿਣ ਲੱਗਾ ਗਿਆਨੀ ਜੀ ਡਲਹੌਜੀ, ਲਾਲ ਦੇ ਡਲਹੌਜੀ ਨੇ 1885 ਵਿੱਚ ਉਹ ਸ਼ਹਿਰ ਬਣਾਇਆ ਸੀ ਤੇ ਜਦੋਂ ਗੁਰੂ ਰਵਿਦਾਸ ਮਹਾਰਾਜ ਉਦੋਂ ਡਲਹੌਜੀ ਨਹੀਂ ਸੀ, ਤੇ ਮੈਂ ਆਖਿਆ ਕਿ ਸੱਜਣਾ
ਇੱਕ ਸ਼ਹਿਰ ਨਹੀਂ ਤੇ ਗੁਰੂ ਸਾਹਿਬ ਗਏ ਜੰਗਲਾਂ ਵਿੱਚ, ਬਾਅਦ ਵਿੱਚ ਸ਼ਹਿਰ ਬਣ ਗਿਆ, ਸ਼ਹਿਰ ਆਬਾਦ ਬਾਅਦ ਵਿੱਚ ਹੋਏ ਨੇ, ਤੇ ਜਿੱਥੇ ਮਰ ਨੇ ਚਰਨ ਪਾਏ ਉਹਦਾ ਜ਼ਿਕਰ ਤੇ ਕਰਨਾ ਬਣਦਾ, ਭਾਵੇਂ ਉਸ ਵੇਲੇ ਉਹ ਬੀਆਬਾਨ ਸੀ, ਉਹ ਯਾਰ ਸੀ। ਤੇ ਸਤਸੰਗਤ ਮਹਾਰਾਜ ਗੋਰਖਪੁਰ, ਕਾਂਸ਼ੀਪੁਰ, ਚਿਤੌੜਗੜ੍ਹ ਤੇ ਮਹਾਰਾਜ ਨੇ ਇਹਨਾਂ ਵੱਖ ਵੱਖ ਥਾਵਾਂ ਤੇ ਘੁੰਮ ਕੇ ਭੁੱਲੀ ਭਟਕੀ ਲੁਕਾਈ ਨੂੰ ਮਹਾਰਾਜ ਨੇ ਉਸ ਪ੍ਰਭੂ ਦੇ ਨਾਮ ਨਾਲ ਜੋੜਿਆ ਤੇ ਉਹ ਸੰਦੇਸ਼ ਦਿੱਤਾ, ਉਹਦਾ ਜ਼ਿਕਰ ਮੇਰੇ ਸਾਥੀ ਕਰਦੇ ਨੇ। ਸਭ ਤੋਂ ਵੱਡਾ ਜਿਹੜਾ ਮਹਾਰਾਜ ਨੇ ਉਪਦੇਸ਼ ਦਿੱਤਾ, ਇਹ ਮਨੂ ਦੀਆਂ ਬਣਾਈਆਂ ਜਾਤਾਂ ਸਾਨੂੰ ਪ੍ਰਵਾਨ ਨੇ, ਮਨੂ ਦੇ ਬਣਾਏ ਚਾਰ ਵਰਣ ਸਾਨੂੰ ਪ੍ਰਵਾਨ ਨੇ। ਤੇ ਸਤਸੰਗਤ ਆਓ, ਸ਼ਹਿਰ ਕਹਿੰਦਾ ਧੰਨ ਧੰਨ ਰਵਿਦਾਸ ਗੁਰੂ ਜੀ, ਜੋਤ ਕ੍ਰਾਂਤੀਕਾਰੀ ਵੀ ਛੇ ਉਦਾਸੀਆਂ ਕਰਕੇ ਸਤਿਗੁਰੂ ਭੁੱਲੀ ਦੁਨੀਆ ਤਾਰੀ ਵੇ।
ਦੁੱਧ ਪਾਇਆ।